ਸਮਰਾਲਾ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਦੇਰ ਰਾਤ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਇਨੋਵਾ ਕਾਰ ਸਵਾਰ ਵਾਲਿਆਂ ਵੱਲੋਂ ਫੇਟ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਘਟਨਾ ਦੇ ਚਸ਼ਮਦੀਦ ਨੇ ਆਜ਼ਾਦ ਚੋਣ ਲੜ ਰਹੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਸਮਰਥਕਾਂ ਉੱਪਰ ਸਾਜ਼ਿਸ਼ ਤਹਿਤ ਨੌਜਵਾਨ ਨੂੰ ਮਾਰਨ ਦੇ ਦੋਸ਼ ਲਗਾਏ ਨੇ। ਦੱਸਣਾ ਬਣਦਾ ਹੈ ਕਿ ਪੁਲਿਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ DSP ਖੰਨਾ ਨੇ ਕਿਹਾ ਹੈ ਕਿ ਇਹ ਹਿੱਟ ਐਂਡ ਰਨ ਕੇਸ ਲੱਗ ਰਿਹਾ ਹੈ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਵੀਰੇ, ਅਸੀਂ ਪੜੌਦੀ ਰੋਡ ਤੋਂ ਉਤਰੇ ਜੀ, ਸਾਡੇ ਮਗਰ ਗੱਡੀ ਲੱਗੀ ਆ ਨੋਵਾ, ਅਤੇ ਅਸੀਂ ਜਾ ਰਹੇ ਸੀ ਰਸਤੇ 'ਚ, ਪਿੱਛੇ ਗੱਡੀ ਲੱਗੀ ਸਾਡੇ 'ਚ, ਟੱਚ ਕਰਨ ਨੂੰ ਫਿਰਦੇ ਸੀ ਗੱਡੀ, ਅਸੀਂ ਵਿੱਚ ਵੜ ਗਏ ਮੰਡੀ ਦੇ ਮਤਲਬ, ਅਤੇ ਅੱਗੇ ਗੱਡੀ ਇਹਨਾਂ ਦੀ ਨੋਵਾ ਹੋਰ ਖੜੀ ਸੀ ਅੱਗੇ, ਅਤੇ ਅਸੀਂ ਜਾਂਦੇ ਸੀਗੇ, ਜਦੋਂ ਆਪਾਂ ਗਏ ਹਾਂ ਫਾਟਕਾਂ 'ਤੇ ਗਏ ਹਾਂ, ਜੰਪ ਆਇਆ ਉੱਥੇ ਸਾਡੇ 'ਚ, ਇਹਨਾਂ ਨੇ ਗੱਡੀ ਮਾਰੀ ਆ ਭਜਾ ਕੇ। ਸ਼ਿਵਮ ਤਵਾੜੀ, ਸ਼ਿਵਮ ਤੀ ਹੈ, ਸ਼ਿਵਮ ਕੀ ਹੈ, ਤਵਾੜੀ ਹੋ ਨਾ, ਸ਼ਿਵਮ ਤਵਾੜੀ ਤੀ ਹੈ ਜੀ, ਪ੍ਰਵੇਸ਼ ਦੀ ਆ ਅਤੇ ਕਸ਼ੀ ਤਵਾੜੀ ਦੀ। ਸਮਰਾਲੇ ਦੀ ਰਹਿਣ ਵਾਲੇ ਨੇ ਵੀਰੇ, ਪਤਾ ਨਹੀਂ ਵੀਰੇ, ਸ਼ੁਰੂ ਤੋਂ ਹੀ ਦੁਸ਼ਮਣੀ ਆਪਣੀ ਪ੍ਰਵੇਸ਼ ਨਾਲ, ਕਿਸੇ ਪਾਰਟੀ ਨਾਲ ਵੀ ਰਿਲੇਟਡ ਨੇ ਉਹ? ਹਾਂਜੀ, ਉਹ ਅਮਰੀਕ ਨਾਲ ਜੀ, ਅਮਰੀਕ ਸਿੰਘ ਢਿੱਲੋਂ ਨਾਲ। ਪਿੱਛਾ ਕਰਕੇ ਮਾਰੀ ਆ ਜੀ, ਗੱਡੀ ਦੀਆਂ ਲਾਈਟਾਂ ਬੰਦ ਕਰੀਆਂ ਨੇ, ਪਹਿਲਾਂ ਗੱਡੀ ਪਿੱਛੇ ਆਈ ਆ, ਜਦੋਂ ਅਸੀਂ ਅੱਗੇ ਨੇਗੇ, ਗੱਡੀ ਬਾਅਦ 'ਚ ਤੇਜ਼ ਆਈ ਆ ਅਤੇ ਲਾਈਟਾਂ ਬੰਦ ਕਰਕੇ ਆਈ, ਅਸੀਂ ਬਾਈਕ 'ਤੇ ਦੀ ਗਈ। ਤੁਹਾਨੂੰ ਕੀ ਲੱਗਦਾ ਕਿ ਐਕਸੀਡੈਂਟ ਜਾਂ ਸਾਜ਼ਿਸ਼ ਆ ਜੀ ਇਹ? ਕੋਈ ਸਾਜ਼ਿਸ਼ ਆਈ ਹੋਈ ਹੈ ਜੀ। ਇਹ 'ਚ ਡੈਥ ਕਿਹਦੀ ਹੋਈ ਆ ਜੀ? ਹਾਂਜੀ, ਲਵਪ੍ਰੀਤ ਸਿੰਘ ਜੀ। ਤੁਹਾਡੇ ਕੀ ਲੱਗਦਾ ਜੀ? ਮੇਰਾ ਬ੍ਰਦਰ ਹੈ ਜੀ ਉਹ। ਅਤੇ ਹੁਣ ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਤੋਂ? ਕੀ ਮੰਗ ਕਰਦੇ ਹੋ ਜੀ? ਹਰਸ਼ ਕੁਮਾਰ ਜੀ, ਆਪਾਂ ਸ਼ਹਿਰ ਦੇ ਵਾਸੀ ਹਾਂ, ਜੋ ਵੀ ਘਟਨਾ ਹੋਈ ਆ ਬਹੁਤ ਦੁਖਦਾਈ ਹੋਈ ਆ, ਇਹਦੀ ਅਸੀਂ ਨਿੰਦਾ ਕਰਦੇ ਹਾਂ, ਜੋ ਵੀ ਇਹਦੇ ਕਸੂਰਵਾਕ ਨੇ ਉਹਨਾਂ ਨੂੰ ਜੋ ਵੀ ਕਾਰਵਾਈ ਆ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਜੋ ਵੀ ਇਸ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਸਾਨੂੰ ਮੈਸੇਜ ਮਿਲਿਆ ਸੀ ਕੋਈ ਹਿੱਟ ਐਂਡ ਰਨ ਮਸਲਾ, ਗੱਡੀ ਕਿਸੇ ਮੋਟਰਸਾਈਕਲ ਦੇ ਵਿੱਚ ਵੱਜੀ ਹੈ ਅਤੇ ਇੱਕ ਮੁੰਡਾ ਇੰਜਰਡ ਹੈ, ਇੱਕ ਦੀ ਹਸਪਤਾਲ ਪਹੁੰਚਦਿਆਂ ਡੈਥ ਹੋ ਗਈ ਹੈ। ਅਸੀਂ ਇੱਥੇ ਆ ਕੇ ਚੈੱਕ ਕੀਤਾ, ਇਹ ਲੋਕਲ ਲੜਕਾ ਇੱਕ ਲਵਪ੍ਰੀਤ ਸਿੰਘ, ਉਹਦਾ ਨਾਲ ਦੋਸਤ ਸੀਗਾ ਹਰਵਿੰਦਰ ਸਿੰਘ, ਉਹ ਦੋਨੋਂ ਮੋਟਰਸਾਈਕਲ 'ਤੇ ਆ ਰਹੇ ਸੀ। ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਨੂੰ ਕਿਸੇ ਨੇ ਪਿੱਛੋਂ ਇਨੋਵਾ ਗੱਡੀ ਨੇ ਉਹਨਾਂ ਨੂੰ ਹਿੱਟ ਕੀਤਾ ਜਾਣਬੁੱਝ ਕੇ, ਜਿਹਦੇ ਨਾਲ ਉਹ ਡਿੱਗ ਗਏ ਰੋਡ ਦੇ ਉੱਪਰ, ਉਹਨਾਂ ਜ਼ਖਮੀ ਹੋ ਗਏ, ਜਿਹਨਾਂ ਨੂੰ ਹੋਸਪਿਟਲ ਲਿਆਂਦਾ, ਜਿਹਦੇ 'ਚ ਲਵਪ੍ਰੀਤ ਸਿੰਘ ਕਰੀਬ 19 ਸਾਲ ਉਹਦੀ ਏਜ ਸੀ, ਉਹਦੀ ਡੈਥ ਹੋ ਗਈ ਹੈ। ਦੂਸਰਾ ਹਰਵਿੰਦਰ ਸਿੰਘ ਇੰਜਰਡ ਹੈ, ਉਹਦਾ ਬਿਆਨ ਲੈ ਕੇ ਅੱਗੇ ਕਾਰਵਾਈ ਕਰ ਰਹੇ ਸੀ। ਨਹੀਂ, ਉਹ ਆਈ ਵਿਟਨੈਸ ਹੈ, ਉਹ ਠੀਕ ਹੈ, ਬਿਆਨ ਦੇਣ 'ਤੇ ਫਿੱਟ ਹੈ, ਉਹਦਾ ਬਿਆਨ ਲੈ ਕੇ ਜੋ ਵੀ ਅਸਲੀਅਤ ਹੈ ਉਹਦੇ ਮੁਤਾਬਕ ਕਾਰਵਾਈ ਕਰ ਰਹੇ ਹਾਂ। ਬਾਕੀ ਉੱਥੇ ਦਿਨੇ ਉੱਥੇ CCTV ਫੁਟੇਜ ਵੀ ਚੈੱਕ ਕੀਤੀ ਜਾਊਗੀ, ਕੋਈ ਇੱਦਾਂ ਦਾ ਐਂਗਲ ਹੋਇਆ ਤਾਂ ਉਸ ਤਰ੍ਹਾਂ ਨਾਲ ਅੱਗੇ ਤਫਤੀਸ਼ ਕੀਤੀ ਜਾਊਗੀ। ਲਾ ਐਂਡ ਆਰਡਰ ਸਿਚੁਏਸ਼ਨ ਕਿੱਦਾਂ ਕੰਟਰੋਲ ਹੈ? ਹਾਂਜੀ ਹਾਂਜੀ, ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਹ ਆਏ ਸੀ, ਉਹਨਾਂ ਨੂੰ ਸਾਰੀ ਗੱਲ ਦੀ ਤਸੱਲੀ ਕਰਵਾਈ ਹੈ, ਬਿਆਨ ਲਿਖ ਰਹੇ ਹਾਂ, ਜੋ ਬਣਦੀ ਕਾਰਵਾਈ ਹੈ ਸਖ਼ਤ ਤੋਂ ਸਖ਼ਤ ਕਾਰਵਾਈ ਕਰ ਰਹੇ ਹਾਂ, ਅਤੇ ਇਹੋ ਜਿਹੀ ਲਾ ਐਂਡ ਆਰਡਰ ਦੀ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੈ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।